ਸੂਬੇ ਦੇ ਸਾਭਕਾ ਮੁੱਖ ਮੰਤਰੀ ਕੈਪਟਨ ਮਿਰਿੰਦਰ ਸਿੰਘ ਦੇ ਖਾਸਮ ਖਾਸ ਭਰਤਿੰਦਰ ਚਾਲ ਦੀ ਹੁਣ ਪੁਲਿਸ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਭਰਤਿੰਦਰ ਚਾਲ ਦੇ ਨਜ਼ਦੀਕੀਆਂ ਉਹ ਵੀ ਵਿਜੀਲੈਂਸ ਦੀ ਰਡਾਰ ਤੇ ਆ ਚੁੱਕੇ ਨੇ ਭਰਤਿੰਦਰ ਸਿੰਘ ਚਾਲ ਅਜੇ ਹੀ ਹਸਤੀਆ ਜਿਨ੍ਹਾਂ ਦੇ ਕਰਪਸ਼ਨ ਦੇ ਮਸਲੇ ਦੇ ਵਿੱਚ ਦੋ ਵਰਾ ਕੇਸ ਰਜਿਸਟਰਡ ਹੋ ਚੁੱਕੇ ਨੇ ਜਦ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਪਹਿਲਾਂ ਬਣੀ ਸੀ 2002 ਤੋਂ ਲੈ ਕੇ 2007 ਤੱਕ ਉਦੋਂ ਵੀ ਭਰਤਿੰਦਰ ਸਿੰਘ ਚਾਲ ਮੀਡੀਆ ਡਿਵਾਈਜ਼ਰ ਸਨ ਲੇਕਿਨ ਬਾਅਦ ਵਿੱਚ ਸੂਬੇ ਵਿੱਚ ਕਾਲੀ ਪਾਤ ਜਨਤਾ ਪਾਰਟੀ ਦੀ ਸਰਕਾਰ ਬਣੀ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਸੀ ਤੇ ਹੁਣ ਫਿਰ ਜਦੋਂ 2017 ਤੋਂ ਲੈ ਕੇ ਲਗਭਗ 221 ਤੱਕ ਜਦੋਂ ਮੁੱਖ ਮੰਤਰੀ ਕੈਪਟਨ ਮਿਰਿੰਦਰ ਸਿੰਘ ਰਹੇ ਤੇ ਉਹਨਾਂ ਦੇ ਵੀ ਇਹ ਵਿਸ਼ੇਸ਼ ਸਲਾਹਕਾਰ ਸਨ ਪ੍ਰਤੇਂਦਰ ਸਿੰਘ ਚਾਲ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬੰਦਿਆਂ 19 ਮਹੀਨੇ ਬਾਅਦ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਸਾਬਕਾ ਮੁੱਖ ਮੰਤਰੀ ਕੈਪਟਨ ਮਿਰਿੰਦਰ ਸਿੰਘ ਦੇ ਖਾਸਮ ਖਾਸ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਨੇ ਲੇਕਿਨ ਪਰਤਿੰਦਰ ਚਾਰਲਸ ਸਿੰਘ ਹਾਲੇ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਲੇਕਿਨ ਸਾਰਿਆਂ ਨੂੰ ਪਤਾ ਕਿ ਜਿੰਨੀਆਂ ਗੂੜੀਆਂ ਸਾਂਝਾਂ ਪਰਤਿੰਦਰ ਸਿੰਘ ਚਾਹਲ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਇਹਨੀਆਂ ਕਿਤੇ ਇੱਕੋ ਮਾਂ ਦੇ ਢੋ ਦੋ ਜਮੇ ਭਰਾਵਾਂ ਦੀਆਂ ਨਹੀਂ ਹੁੰਦੀਆਂ ਜਿੰਨੀਆਂ ਇਹਨਾਂ ਦੋਨਾਂ ਦੇ ਵਿੱਚ ਸਾਂਝ ਆ ਰਹੀਆਂ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਭਰਤਿੰਦਰ ਸਿੰਘ ਚਾਹਲ ਦੇ ਵਿਰੁੱਧ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਮਕਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਨੇ ਇਸੇ ਤਹਿਤ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਉਹਨਾਂ ਦੀ ਭਾਲ ਪੰਜਾਬ ਸਨਿ ਬਾਕੀ ਸੂਬਿਆਂ ਵਿੱਚ ਵੀ ਕੀਤੀ ਜਾ ਰਹੀ ਹੈ ਹਰਿਆਣਾ ਹਿਮਾਚਲ ਦਿੱਲੀ ਜਿੱਥੇ-ਜਿੱਥੇ ਸੂਹ ਮਿਲ ਰਹੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੂੰ ਉਹਨਾਂ ਥਾਵਾਂ ਤੇ ਛਾਪੇਮਾਰੀ ਜਾ ਰਹੀ ਹੈ ਥੋਂ ਤੱਕ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਿੱਥੇ ਭਰਤਿੰਦਰ ਸਿੰਘ ਚਾਹਲ ਦੇ ਨੇੜਲੇ ਵਿਕਤੀਆਂ ਤੇ ਨਿ ਜਾਰੀ ਹੈ ਉਥੇ ਕਈ ਖਾਸਮ ਖਾਸ ਰਿਸ਼ਤੇਦਾਰਾਂ ਤੇ ਵੀ ਵਿਜੀਲੈਂਸ ਦੀ ਅੱਖ ਬਣੀ ਹੋਈ ਹੈ ਉਹਨਾਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਲਈ ਉਸ ਦੇ ਸਹਿਯੋਗੀਆਂ ਨਾਲ رابطہ ਬਣਾਇਆ ਹੋਇਆ ਅਜਿਹਾ ਇੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਪ੍ਰਤਿੰਦਰ ਸਿੰਘ ਚਾਲ ਦੇ ਛੁਪੇ ਹੋਣ ਵਾਲੀਆਂ ਥਾਵਾਂ ਤੇ ਅਜਿਹੇ ਮੌਕੇ ਉਹਨਾਂ ਦੀ ਮਦਦ ਕਰਨ ਵਾਲੇ ਸਾਰੇ ਜਿਹੜੇ ਵਿਕਤੀਆਂ ਦੀਆਂ ਸੁਭਾਵਨਾਵਾਂ ਬਾਰੇ ਵੀ ਪੰਜਾਬ ਵਿਜੀਲੈਂਸ ਬਿਊਰੋ ਨੂੰ ਜਾਣਕਾਰੀ ਦੱਸ ਦਿੱਤੀ ਆ ਪਟਿਆਲਾ ਤੋਂ ਪੰਜਾਬੀ ਟਰਬਿਊਨ ਦੇ ਪੱਤਰਕਾਰ ਸਰਬਜੀਤ ਭੰਗੂ ਦੀ ਰਿਪੋਰਟ ਦੱਸਦੇ ਆ ਕਿ ਉਹਨਾਂ ਨੇ ਇੱਕ ਅਜਿਹੇ ਵਿਅਕਤੀ ਦੇ ਨਾਲ ਗੱਲ ਕੀਤੀ ਹੈ ਜਿਸ ਨੇ ਆਪਣਾ ਨਾਮ ਨਹੀਂ ਦੱਸਿਆ ਲੇਕਿਨ ਉਸ ਤੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਬਹੁਤ ਸਾਰੀ ਜਾਣਕਾਰੀ ਇਕੱਠੀ ਕਰ ਲਈ ਆ ਹੁਣ ਵਿਜੀਲੈਂਸ ਵੱਲੋਂ ਉਹਨਾਂ ਲੋਕਾਂ ਦੀ ਲਿਸਟ ਬਣਾਈ ਗਈ ਹੈ ਜਿਹੜੇ ਸਿੱਧੇ ਤੌਰ ਤੇ ਭਰਤਿੰਦਰ ਸਿੰਘ ਚਾਲ ਦੇ ਲਿਸਟ ਦੇ ਵਿੱਚ ਸਨ ਜਿਨ੍ਹਾਂ ਦੇ ਨਾਲ ਉਹਨਾਂ ਦਾ ਲਗਾਤਾਰ ਸੰਪਰਕ ਕਰਿਆ ਜਿਕਰ ਦੋ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਦਾ ਕੰਮ ਵਿਜੀਲੈਂਸ ਦੇ ਡੀਐਸਪੀ ਸਤਪਾਲ ਸ਼ਰਮਾ ਨੂੰ ਸੌਂਪਿਆ ਗਿਆ ਸੀ ਇਸੇ ਦੌਰਾਨ ਭਰਤਿੰਦਰ ਸਿੰਘ ਚਾਹਲ ਉਪੱਖ ਰੱਖਣ ਲਈ ਕਈ ਵਾਰ ਸੰਬਣ ਵੀ ਭੇਜ ਗਏ ਨੇ ਪਰ ਵੱਖ-ਵੱਖ ਵਕ ਕਾਰਨ ਦੱਸਦਿਆਂ ਉਹਨੂੰ ਉਹ ਬਹੁਤੀ ਵਾਰ ਪੇਸ਼ ਨਹੀਂ ਹੋਇਆ ਅਖੀਰ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀ ਧਰਾਵਾਂ ਤਹਿਤ 2 ਅਗਸਤ 2023 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਪਟਿਆਲਾ ਸਥਿਤ ਥਾਣੇ ਵਿੱਚ ਭਰਤਿੰਦਰ ਸਿੰਘ ਚਾਹਲ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਗਿਆ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਦੇ ਖਿਲਾਫ ਸਰਕਲ ਐਲਓਸੀ ਵੀ ਜਾਰੀ ਕਰ ਦਿੱਤਾ ਗਿਆ ਤਾਂ ਜੋ ਕਿਤੇ ਭਰਤਿੰਦਰ ਸਿੰਘ ਚਾਹਲ ਕਿਤੇ ਦੂਜੇ ਵਿਦੇਸ਼ ਵਿੱਚ ਡਾਰੀ ਨਾ ਮਾਰ ਸਕਣਨ ਕਿ 에어ਪੋਰਟ ਤੇ ਨੋਟਿਸ ਜਾ ਚੁੱਕੇ ਨੇ ਕਿ ਜਿੱਥੇ ਵੀ ਅਗਰ ਪ੍ਰਤਿਦ ਸੰਚਾਲ ਨੇ ਕੋਸ਼ਿਸ਼ ਕੀਤੀ ਆ ਕਿ ਕਿਸੇ ਹੋਰ ਵਿਦੇਸ਼ ਵਿੱਚ ਉਹ ਚਲਾ ਜਾਵੇ ਭੱਜ ਜਾਵੇ ਤੇ ਉਹਨਾਂ ਨੂੰ ਇਹ ਐਂ ਮੌਕੇ 에어ਪੋਰਟ ਤੋਂ ਹੀ ਗ੍ਰਿਫਤਾਰ ਕੀਤਾ ਜਾ ਸਕੇ ਲੇਕਿਨ ਫਿਲਹਾਲ ਪ੍ਰਤਿਦਰ ਸਿੰਘ ਚਾਲ ਦੀ ਪਾਲ ਦੀ ਪੰਜਾਬ ਵਿਜੀਲੈਂਸ ਪੂਰੀ ਬਿਊਰੋ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਆ ਕਿ ਪ੍ਰਤਿਦਰ ਸਿੰਘ ਚਾਲ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਇਸ ਮਸਲੇ ਦੇ ਵਿੱਚ ਟੀਮਾਂ ਦਾ ਗਠਿਤ ਹੋ ਗਠਨ ਹੋ ਚੁੱਕਾ ਲੇਕਿਨ ਹਲੇ ਤੱਕ ਪ੍ਰਤਿਦਰ ਸਿੰਘ ਚਾਲ ਵਿਜੀਲੈਂਸ ਬਿਊਰੋ ਦੇ ਹੱਥ ਨਹੀਂ ਲੱਗੇ ਪੰਜਾਬ ਵਿਜੀਲेंस ਬਿਊਰੋ ਨੇ ਜਿਹੜਾ ਮਕਦਮਾ ਦਰਜ ਕੀਤਾ ਉਹਨਾਂ ਕਹਿਆ ਕਿ ਭਰਤਿੰਦਰ ਸਿੰਘ ਚਾਲ ਦੇ ਜਿਹੜੇ ਖਰਚੇ ਨੇ ਉਹ ਬਹੁਤ ਜ਼ਿਆਦਾ ਸੀ ਔਰ ਆਮਦਨ ਬੜੀ ਘੱਟ ਸੀ 300 ਟਾਈਨ ਜ਼ਿਆਦਾ ਜਿਹੜੇ ਉਹਨਾਂ ਦੇ ਖਰਚੇ ਸੀ ਜਿਹੜਾ ਗੈਪ ਆ ਇਸੇ ਕਰਕੇ ਪ੍ਰੇਸ਼ਟਾਚਾਰ ਐਕਟ ਤਹਿਤ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਉਹਨਾਂ ਦੇ ਜਿਹੜਾ ਸਰੰਦ ਪਟਿਆਲਾ ਰੋਡ ਤੇ ਇੱਕ ਆਲੀਸ਼ਾਨ ਮੈਰਿਜ ਪੈਲਸ ਆ ਅਲਕੇਜਰ ਉਹਦੀ ਵੀ ਪੁਮੈਸ਼ ਕੀਤੀ ਗਈ ਸੀ ਲੇਕਿਨ ਲੇ ਲੱਗੇ ਹੋਣ ਕਰਕੇ ਵਿਜੀਲੈਂਸ ਬਿਊਰੋ ਅੰਦਰ ਨਹੀਂ ਜਾ ਸਕੀ ਲੇਕਿਨ ਕਿਉਂਕਿ ਹੁਣ ਪਰਚਾ ਦਰਜ ਹੋ ਚੁੱਕਾ ਤੇ ਵਿਜੀਲੈਂਸ ਪੁਮੈਸ਼ ਵੀ ਕਿਸੇ ਵੇਲੇ ਵੀ ਕਰ ਸਕਦੀ ਹੈਗੇ ਨਾਲ ਦੀ ਨਾਲ ਜਿਹੜਾ ਨਾਬਾ ਪਟਿਆਲੇ ਰੋਡ ਮਨੀ ਸਕੱਤਰੇ ਤੇ ਨੇੜੇ ਇਹਨਾਂ ਦਾ ਕੋਈ ਕਮਰਸ਼ੀਅਲ ਮਾਲ ਦੱਸਿਆ ਜਾ ਰਿਹਾ ਪ੍ਰਤਿਦਰਸ਼ਨ ਚੱਲਦਾ ਉਹਦੀ ਵੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੁਮੈਸ਼ ਕੀਤੀ ਗਈ ਸੀ ਉਸ ਤੋਂ ਬਾਅਦ ਉਹ ਪਤਾ ਲੱਗਾ ਕਿ ਇਹਨਾਂ ਦੀ ਜਿਹੜੇ ਇੱਕ ਸਰੋਤ ਕਿੰਨੇ ਨੇ ਖਰਚੇ ਕਿੰਨੇ ਨੇ ਆਮਦਨ ਕਿੰਨੇ ਉਸੇ ਤੈਅ ਜਦੋਂ ਉਹ ਨਿਸ਼ਾਨ ਕੀਤੀ ਗਈ ਤੇ ਪਤਾ ਲੱਗਾ ਕਿ ਵੱਡੇ ਪੱਧਰ ਦੇ ਖਰਚੇ ਨੇ ਤੇ ਆਮਦਨ ਘਾਟਾ 300 ਤੋਂ ਪਰਸੈਂਟ ਤੋਂ ਜ਼ਿਆਦਾ ਉਹਨਾਂ ਦੇ ਖਰਚੇ ਦਿਖਾਏ ਗਏ ਨੇ ਜਿਸ ਕਰਕੇ ਕੇਸ ਸ੍ਰਿਸ਼ਟਾਚਾਰ ਦਾ ਬੰਧ ਇਸੇ ਕਰਕੇ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ 2 ਅਗਸਤ ਨੂੰ ਪਰ ਹੁਣ ਉਹਨਾਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ ਦੇਖਦੇ ਹਾਂ ਕਿ ਭਰਤਿੰਦਰ ਸਿੰਘ ਚਾਲ ਦੀ ਕਦੋਂ ਗ੍ਰਿਫਤਾਰੀ ਹੁੰਦੀ ਹੈ ਲੇਕਿਨ ਮੁਸੀਬਤਾਂ ਵਧੀਆਂ ਹੋਈਆਂ ਨੇ ਭਰਤਿੰਦਰ ਸਿੰਘ ਚਾਲ ਦੀਆਂ ਅਰ ਭਰਤ ਸਿੰਘ ਚਾਲ ਪਹਿਲਾਂ ਵੀ ਪਰਚਾ ਦਰਜ ਉਹਨਾਂ ਦੇ ਖਿਲਾਫ ਹੋ ਚੁੱਕਾ ਹੈ ਕਾਲੀ ਬੀਜੇਪਸੁਰਾ ਉਦੋਂ ਵੀ ਉਹ ਕਾਫੀ ਸਮਾਂ ਜੇਲ੍ਹ ਵਿੱਚ ਰਹੇ ਉਸ ਬਾਅਦ ਜਿਹੜਾ ਪ੍ਰਤਿਂਦਰ ਸਿੰਘ ਚਾਲ ਦੇ ਕਾਲੀ ਸਰਕਾਰ ਵੱਲੇ ਮਕਦਮਾ ਦਰਜ ਕੀਤਾ ਗਿਆ ਸੀ ਉਹ ਜਦੋਂ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਦੀ 2017 ਚ ਸਰਕਾਰ ਬੰਦੀ ਆ ਉਹ ਜਿਹੜਾ ਕੇਸ ਆ ਰਫਾਦਾ ਹੋ ਚੁੱਕਾ ਹੈ 77 ਦੇ ਕਰੀਬ ਜਿਹੜੇ ਸਰਕਾਰੀ ਗਵਾਹ ਉਹ ਆਪਣੇ ਬਿਆਨਾਂ ਤੋਂ ਮੁਕਰ ਗਏ ਸੀ ਤੇ ਬਾਅਦ ਚ ਪ੍ਰਤਿਂਦਰ ਸਿੰਘ ਚਾਲ ਬਰੀ ਹੋ ਗਏ ਸਨ ਹੁਣ ਦੇਖਦੇ ਆ ਕਿ ਪ੍ਰਤਿਂਦਰ ਸਿੰਘ ਚਾਲ ਦੇ ਮਸਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੂੰ ਕਦੋਂ ਕੰਮਜਾਦੀ ਮਿਲਦੀ ਹੈ ਇਸ ਜਾਣਕਾਰੀ ਦੇ ਨਾਲ ਹੀ ਤੁਹਾਡੇ ਤੋਂ ਲੰਮੀ ਆ ਗਿਆ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ